ਸਤਿ ਸ਼੍ਰੀ ਅਕਾਲ ਜੀ, ਮੈਂ ਫਤਿਹ ਟਰਬਨ ਅਕੈਡਮੀ ਰਾਮ ਮੰਡੀ ਜਲੰਧਰ ਤੋਂ ਅੱਜ ਤੁਹਾਨੂੰ ਆਪਾਂ ਰੰਗਰੂਟ ਮੂਵੀ ਦੇ ਵਿੱਚ ਜਿਸ ਤਰੀਕੇ ਦੀ ਪੱਗ ਦਲਜੀਤ ਨੇ ਬੰਨ੍ਹੀ ਸੀ ਉਸ ਤਰੀਕੇ ਦੀ ਪੱਗ ਆਪਾਂ ਬੰਨ੍ਹਣੀ ਦੱਸਣ ਜਾ ਰਹੇ ਹਾਂ। ਇਸ ਤਰੀਕੇ ਦੀ ਪੱਗ ਬੰਨ੍ਹਣ ਲਈ ਆਪਾਂ ਨੂੰ ਸਿੰਗਲ ਪੱਗ ਚਾਹੀਦੀ ਹੈ, ਜਿਸ ਨੂੰ ਇਸ ਤਰ੍ਹਾਂ ਤਾਂ ਆਪਾਂ ਤੈਅ ਲਾ ਕੇ ਪੂਣੀ ਬਣਾਉਣੀ ਆ ਜਿੱਦਾਂ ਕਿ ਤੁਸੀਂ ਵੀਡੀਓ 'ਚ ਦੇਖਦੇ ਪਏ। ਅਤੇ ਹੁਣ ਆਪਾਂ ਤੁਹਾਨੂੰ ਪੱਗ ਬੰਨ੍ਹਣ ਬਾਰੇ ਦੱਸਦੇ ਹਾਂ। ਇਸ ਪੱਗ ਬੰਨ੍ਹਣ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਕੋਨਾ ਲੈ ਲੈਣਾ ਹੈਗਾ ਅਤੇ ਉਹਨੂੰ ਇਸ ਤਰ੍ਹਾਂ ਸਿਰ ਦੇ ਉੱਤੇ ਰੱਖ ਕੇ ਪਹਿਲੇ ਲਾੜ ਨੂੰ ਮੱਥੇ ਅਤੇ ਅੱਖ ਦੇ ਅਤੇ ਗਲ ਦੇ ਉੱਤੇ ਰੱਖਦੇ ਹੋਏ ਪਿੱਛੇ ਲੈ ਜਾਣਾ ਅਤੇ ਜਿਹੜਾ ਲਾੜ ਆਪਾਂ ਪਹਿਲਾਂ ਰੱਖਿਆ ਉਹਨੂੰ ਇਸ ਲਾੜ ਦੇ ਨਾਲ ਖਿੱਚ ਕੇ ਵਿੱਚ ਦੱਬ ਦੇਣਾ ਤਾਂ ਜੋ ਲੜਾਂ ਨੂੰ ਕੱਸ ਪੈ ਜਾਵੇ ਸਿਰ ਦੇ ਉੱਤੇ, ਗ੍ਰਿਪ ਬਣ ਜਾਵੇ ਪੱਗ ਦਾ। ਅਤੇ ਇਸ ਤਰ੍ਹਾਂ ਦੂਜਾ ਲਾੜ ਟਿਕਾ ਦੇਣਾ ਉਹਦੇ ਨਾਲ ਰੱਖ ਕੇ, ਉਸੇ ਤਰ੍ਹਾਂ ਇੱਥੋਂ ਫਿਰ ਅਗਲੇ ਲੜ ਨੂੰ ਥੋੜ੍ਹਾ ਜਿਹਾ ਉਸ ਤੋਂ ਨੀਵਾਂ ਕਰਕੇ ਇੱਧਰੋਂ ਕਰੋਸ ਕਰਕੇ ਤਾਂ ਥੋੜ੍ਹਾ ਜਿਹਾ ਉੱਪਰ ਕਰ ਦੇਣਾ। ਥੋੜ੍ਹਾ ਖਿਆਲ ਰੱਖਣਾ ਪੱਗ ਦੇ ਜਿਹੜੇ ਲੜਾਂ ਦਾ ਡਿਸਟੈਂਸ ਆ ਉਹ ਇੱਕੋ ਜਿਹਾ ਹੋਣਾ ਚਾਹੀਦਾ, ਪਰ ਜਿਹੜੀ ਕੋਰਨਰ ਤੋਂ ਆ ਉਹ ਗੈਪ ਥੋੜ੍ਹਾ ਘੱਟ ਹੋਵੇ ਲੜਾਂ ਦਾ, ਅਤੇ ਅੱਗੇ ਜਾ ਕੇ ਥੋੜ੍ਹਾ ਸੈਂਟਰ 'ਚ ਜ਼ਿਆਦਾ, ਅਤੇ ਉਸ ਤੋਂ ਬਾਅਦ ਪਿੱਛੋਂ ਫਿਰ ਉਹਨੂੰ ਆਪਾਂ ਕਲੋਜ਼ ਕਰ ਦੇਣਾ। ਉਸੇ ਤਰ੍ਹਾਂ ਆਪਾਂ ਪਿਛਲੇ ਲੜਾਂ ਦਾ ਵੀ ਕੋਸ਼ਿਸ਼ ਕਰਨੀ ਆ, ਥੋੜ੍ਹਾ ਡਿਸਟੈਂਸ ਸਹੀ ਸਹੀ ਬਰਾਬਰ ਜਿਹਾ ਹੋਵੇ। ਅਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ, ਜਿਹੜੀ ਇਹ ਪੱਗ ਆ ਇਹ ਸਿੰਗਲ ਪੱਗ ਯੂਜ਼ ਕੀਤੀ ਗਈ ਆ, ਆਪਾਂ ਫੁੱਲ ਵੈਲ ਦਾ ਕੱਪੜਾ ਆ 7.5 ਮੀਟਰ, ਤਾਂ ਇਹਨੂੰ ਆਪਾਂ ਤੈਅ ਮਾਰ ਕੇ ਇਹਦੀ ਪੂਣੀ ਬਣਾਈ ਹੋਈ ਆ। ਅਤੇ ਪੂਣੀ ਕਰਨ ਤੋਂ ਬਾਅਦ ਮੈਂ ਇਹਦੇ ਵਿੱਚ ਇਹਨੂੰ ਪ੍ਰੈੱਸ ਵੀ ਕੀਤਾ ਹੋਇਆ ਇੱਕ ਵਾਰੀ ਪੂਣੀ ਨੂੰ, ਇਹ ਕੋਈ ਜ਼ਿਆਦਾ ਜ਼ਰੂਰੀ ਨਹੀਂ ਆ, ਪਰ ਫਿਰ ਵੀ ਅਗਰ ਤੁਸੀਂ ਪ੍ਰੈੱਸ ਕੀਤੀ ਹੋਗੀ ਤਾਂ ਪੂਣੀ ਬੰਨ੍ਹਦੇ ਹੋਏ ਖੁੱਲ੍ਹਦੀ ਨਹੀਂ ਹੈਗੀ। ਅਤੇ ਇੱਕ ਚੀਜ਼ ਦਾ ਇਹਦੇ ਵਿੱਚ ਹੋਰ ਵੀ ਖਾਸ ਖਿਆਲ ਰੱਖਣਾ ਹੈਗਾ ਕਿ ਆਪਾਂ ਇਹਦੇ ਵਿੱਚ ਅੰਗੂਠਾ ਬਿਲਕੁਲ ਨਹੀਂ ਯੂਜ਼ ਕਰਨਾ। ਜਿੱਦਾਂ ਆਪਾਂ ਲੜ ਦੂਜੀਆਂ ਪੱਗਾਂ ਦੇ ਵਿੱਚ ਅੰਗੂਠਾ ਲਾ ਕੇ ਅੱਗੇ ਲੈ ਕੇ ਜਾਂਦੇ ਹਾਂ, ਉਹਦੇ ਵਿੱਚ ਇੱਦਾਂ ਬਿਲਕੁਲ ਨਹੀਂ ਕਰਨਾ। ਬਸ ਜਿੱਦਾਂ ਲੜ ਹੈਗਾ ਆ ਉਹਨੂੰ ਥੋੜ੍ਹਾ ਜਿਹਾ ਕਰੋਸ ਕਰਦੇ ਹੋਏ ਨਾ ਮੱਥੇ ਦੇ ਉੱਤੋਂ ਦੀ, ਬਸ ਇੱਦਾਂ ਹੀ ਲੜ ਸਿੱਧੇ ਲੈ ਕੇ ਜਾਣੇ ਆ। ਅਤੇ ਹੁਣ ਆਪਣਾ ਲਾਸਟਲਾ ਲੜ ਆ, ਲਾਸਟਲਾ ਲੜ ਜੇ ਵੱਡਾ ਵੀ ਹੋ ਜਾਵੇ ਇਹਦੇ ਵਿੱਚ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ, ਇਹਦੇ ਵਿੱਚ ਥੋੜ੍ਹਾ ਜਿਹਾ ਵੱਡਾ ਹੋਇਆ ਜਿੱਦਾਂ ਲੜ ਉਹਦੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ, ਤੁਸੀਂ ਇਹਨੂੰ ਲੜਾਂ ਵਾਲੇ ਪਾਸੇ ਨਾ ਵਿੱਚ ਚੰਗੀ ਤਰ੍ਹਾਂ ਦੱਬ ਦੇਣਾ ਆ, ਉਹਦੇ ਨਾਲ ਆਪਣੀ ਗਲਾਈ ਬਣ ਜਾਂਦੀ ਆ ਪੱਗ ਦੀ ਇੱਕ ਪਾਸਿਓਂ, ਅਤੇ ਸ਼ੇਪ ਜਿਹੜੀ ਵਧੀਆ ਹੋ ਜਾਂਦੀ ਆ। ਇੱਕ ਗੱਲ ਹੋਰ, ਇਸ ਪੱਗ ਦੇ ਵਿੱਚ ਆਪਾਂ ਨਾ 50 ਨਹੀਂ ਰੱਖਣੀ ਹੈਗੀ, ਇਸ ਲਈ ਬਾਜ ਦੀ ਹੱਥ ਨਾਲ 50 ਨੂੰ ਅੰਦਰ ਕਰ ਦੇਣਾ। ਹੁਣ ਤੁਹਾਡੀ ਆਲਮੋਸਟ ਪੱਗ ਬੱਜ ਗਈ ਆ, ਹੁਣ ਆਪਣਾ ਜਿਹੜਾ ਐਕਸਟਰਾ ਲਾੜ ਸੀ ਉਹਨੂੰ ਵਿੱਚ ਕਰਕੇ ਉਸ ਤੋਂ ਬਾਅਦ ਥੋੜ੍ਹਾ ਬਹੁਤਾ ਸੈਟਿੰਗ ਕਰ ਲੈਣੀ ਆ। ਵੈਸੇ ਤਾਂ ਇੱਥੇ ਬਾਜ ਦੀ ਜ਼ਿਆਦਾ ਲੋੜ ਪੈਂਦੀ ਨਹੀਂ ਆਪਾਂ ਨੂੰ ਪੱਗ ਦੇ ਵਿੱਚ, ਫਿਰ ਵੀ ਕਈ ਵਾਰੀ ਡਿਸਟੈਂਸ ਇੱਕੋ ਜਿਹਾ ਕਰਨ ਦੇ ਵਾਸਤੇ ਆਪਾਂ ਨੂੰ ਬਾਜ ਦੀ ਲੋੜ ਪੈਂਦੀ ਆ। ਜਿੱਦਾਂ ਕਿ ਆਪਾਂ ਵੀਡੀਓ 'ਚ ਦੇਖ ਰਹੇ ਹਾਂ ਜਿਹੜਾ ਡਿਸਟੈਂਸ ਵਗੈਰਾ ਗੈਪ ਜਿਹੜਾ ਸਹੀ ਨਹੀਂ ਹੈਗਾ ਆ ਉਹਨੂੰ ਆਪਾਂ ਪ੍ਰੋਪਰ ਕਰ ਸਕਦੇ ਹਾਂ ਬਾਜ ਦੀ ਮਦਦ ਨਾਲ। ਅਤੇ ਸਾਰਾ ਕੁਝ ਸੈਟਿੰਗ ਕਰਨ ਤੋਂ ਬਾਅਦ ਹੁਣ ਆਪਾਂ ਲਾਸਟ ਦੇ ਵਿੱਚ ਕੀ ਕਰਨਾ, ਇਹਦਾ ਸਿਰ ਢੱਕਣ ਬਾਰੇ, ਜਿਹੜਾ ਆਪਾਂ ਸਭ ਤੋਂ ਪਹਿਲਾਂ ਉੱਪਰ ਲਾੜ ਫਸਾਇਆ ਹੋਇਆ ਸੀ ਅਤੇ ਉਹਨੂੰ ਆਪਾਂ ਖੋਲ੍ਹ ਲੈਣਾ। ਇਹਦਾ ਇੱਕ ਫੋਲਡ ਆਪਾਂ ਖੋਲ੍ਹ ਕੇ ਸਿਰ ਨੂੰ ਕਵਰ ਕਰਕੇ ਜਿਹੜਾ ਐਕਸਟਰਾ ਬਚਦਾ ਆ ਕੱਪੜਾ ਉਹ ਦੋਨਾਂ ਸਾਈਡਾਂ ਦੇ ਵਿੱਚ ਆਪਾਂ ਕਰ ਦੇਣਾ ਅੰਦਰ ਨੂੰ। ਅਤੇ ਇਹਦੇ ਵਿੱਚ ਪਿਛਲਾ ਲਾੜ ਜਿਹੜਾ ਆਪਾਂ ਨੋਰਮਲ ਪੱਗਾਂ ਦੇ ਵਿੱਚ ਲਾਉਂਦੇ ਹਾਂ ਉਹ ਨਹੀਂ ਆਪਾਂ ਲਾਉਣਾ ਹੈਗਾ, ਬਸ ਇੱਦਾਂ ਹੀ ਉਹਨੂੰ ਪਿੱਛੋਂ ਦੀ ਅੰਦਰ ਕਰ ਦੇਣਾ ਹੈਗਾ। ਜਿਸ ਦਾ ਤੁਸੀਂ ਵੀਡੀਓ 'ਚ ਦੇਖਿਆ ਆਪਾਂ, ਬਸ ਇਹ ਤਾਂ ਸਿਰ ਸਿੰਪਲੀ ਨੋਰਮਲ ਤਰੀਕੇ ਨਾਲ ਢੱਕ ਲੈਣਾ ਹੈਗਾ। ਹੁਣ ਆਲਮੋਸਟ ਤੁਹਾਡੀ ਪੱਗ ਰੈਡੀ ਹੈ ਅਤੇ ਮੈਂ ਆਸ ਕਰਦਾ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇਗੀ, ਜੋ ਸਾਡੀ ਕੋਸ਼ਿਸ਼ ਹੈ ਤੁਹਾਨੂੰ ਇਹ ਪੱਗ ਦੱਸਣ ਬਾਰੇ। ਅਤੇ ਤੁਹਾਡੀ ਕੋਈ ਵੀ ਜੇ ਕੁਐਰੀ ਹੈਗੀ ਆ ਇਹਦੇ ਵੀਡੀਓ ਦੇ ਰਿਗਾਰਡਿੰਗ ਤੁਸੀਂ ਯੂਟਿਊਬ 'ਤੇ ਕਮੈਂਟ ਕਰ ਸਕਦੇ ਵੀਡੀਓ ਥੱਲੇ, ਜਾਂ ਕੋਈ ਵੀ ਸਾਨੂੰ ਇਨਬੋਕਸ 'ਚ ਮੈਸੇਜ ਵੀ ਕਰ ਸਕਦੇ ਹਾਂ ਫੇਸਬੁੱਕ 'ਤੇ। ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ, ਸਾਨੂੰ ਫੇਸਬੁੱਕ 'ਤੇ ਇੰਸਟਾਗ੍ਰਾਮ 'ਤੇ ਵੀ ਜੁਆਇਨ ਕਰੋ ਅਤੇ ਸਾਡਾ ਇਹ ਚੈਨਲ ਵੀ ਸਬਸਕ੍ਰਾਈਬ ਕਰੋ। ਅਤੇ ਹੁਣ ਤੱਕ ਲਈ ਇੰਨਾ ਕਿ ਅਗਲੀ ਵਾਰੀ ਫਿਰ ਮਿਲਾਂ, ਉਦੋਂ ਤੱਕ ਲਈ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।